ਇੱਥੇ ਕੋਈ ਪੋਕਟ ਬਣਾ ਲਈ ਸਿੱਧੀ ਬਣਾਉਣੀ ਜਿੱਦਾਂ ਦਾ ਮਰਜ਼ੀ ਹੋ ਸਕੇ ਕੁਛ ਵੀ ਬਣਾ ਲਿਆ ਸੋਲਿਡ ਜਿਹਦੇ ਇਹਨੂੰ ਐਕਸਟਰੂਡ ਕਰ ਲਿਆ ਡਾਇਰੈਕਸ਼ਨ ਥੱਲੇ ਨੂੰ ਕਰ ਦਿੰਦੇ ਇਹਨੂੰ ਆਪਾਂ ਐਕਸਟਰੂਡ ਕੱਟ ਕਰ ਦਿੰਦੇ ਕੱਟ ਬੋਡੀ ਠੀਕ ਹੈ ਮਸ਼ੀਨ 'ਚ ਗਏ ਮਿਲਿੰਗ ਇੱਥੇ ਆਪਸ਼ਨ ਹੈ ਆਪਟੀਮਾਈਜ਼ ਆਪਣੀ ਕਿਆ ਕਰਨਾ ਚਾਹੁੰਦੇ ਡਾਇਨਾਮਿਕ ਕਰਨੀ ਚਲੋ ਡਾਇਨਾਮਿਕ ਕਰਨਾ ਡਾਇਨਾਮਿਕ ਕਹਿੰਦਾ ਬਾਉਂਡਰੀ ਸਿਲੈਕਟ ਕਰੋ ਆਹ ਬਾਉਂਡਰੀ ਸਿਲੈਕਟ ਕਰ ਓਕੇ ਪ੍ਰੀਵਿਊ ਦੇਖ ਸਕਦੇ ਹਾਂ ਆਪਾਂ ਜੇ ਇੰਨੇ ਏਰੀਏ ਨੂੰ ਕੱਟਣਾ ਚਾਹੁੰਦੇ ਹਾਂ ਓਕੇ ਓਕੇ ਕਰਾਂਗੇ ਤਾਂ ਟੂਲ ਪੁੱਛੂਗਾ ਇਹ ਟੂਲ ਸਿਲੈਕਟ ਕਰ ਲੈਣਾ ਮੈਂ ਕਿਹਾ ਜੀ 10 mm ਦਾ ਐਂਡ ਮਿਲ ਆ ਗਿਆ ਕਟਿੰਗ ਪੈਰਾਮੀਟਰ ਦੇ ਵਿੱਚ ਅਸੀਂ ਦੱਸ ਸਕਦੇ ਹਾਂ ਵੀ ਕਲਿਮ ਚਲਾਉਣਾ ਕਨਵੈਨਸ਼ਨਲ ਚਲਾਉਣਾ ਠੀਕ ਹੈ ਅਤੇ ਸਟੈਪ ਓਵਰ ਕਿੰਨਾ ਲੈਣਾ ਹੈ ਮਿਨੀਮਮ ਟੂਲ ਬਾਅਦ ਰੇਡੀਅਸ ਕਿੰਨਾ ਲੈਣਾ ਫਿਨਿਸ਼ਿੰਗ ਵਾਸਤੇ ਮਟੀਰੀਅਲ ਕਿੰਨਾ ਛੱਡਣਾ ਠੀਕ ਹੈ ਇਹ ਸਾਰਾ ਕੁਝ ਇਹ ਤਾਂ ਫਿਰ ਡੈਪਥ ਆਫ ਕੱਟ ਔਨ ਕਰਨਾ ਵੀ ਨੰਬਰ ਆਫ ਕੱਟ ਕਿੰਨੇ 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 ਦਾ ਕੱਟ ਲਗਾਉਣਾ ਚਾਹੁੰਦੇ ਹਾਂ ਮੈਂ ਕਿਹਾ ਜੀ ਇੱਕ ਇੱਕ ਐਮ ਦਾ ਕੱਟ ਲਗਾਉਣਾ ਫਿਨਿਸ਼ਿੰਗ ਕਿੱਟ ਕਿੰਨੇ ਲਗਾਉਣੇ ਚਾਹੁੰਦੇ ਮੈਂ 2 ਕੱਟ ਲਗਾਉਣੇ ਆ 0.2 ਐਂਡ ਦੇ ਵਿੱਚ ਮੈਕਸੀਮਮ ਰਫ ਕੱਟ ਕਿਹੜਾ ਹੋਗਾ ਜੀ ਪਹਿਲਾਂ ਮੋਟੇ ਮੋਟੇ ਕੱਟ ਲਗਾਊਗਾ ਇੱਕ ਇੱਕ ਐਮ ਐਮ ਦੇ ਠੀਕ ਹੈ ਜੀ ਐਂਡ ਦੇ ਵਿੱਚ 0.2 ਦੇ 2 ਕੱਟ ਲਗਾ ਠੀਕ ਹੈ ਉਸ ਤੋਂ ਬਾਅਦ ਲਿੰਕਿੰਗ ਪੈਰਾਮੀਟਰ 'ਤੇ ਜਾ ਕੇ ਟੋਟਲ ਡੈਪਥ ਦੱਸ ਦੇਣੀ ਹੈ ਵੀ ਕਿੱਥੇ ਤੱਕ ਮੈਂ ਕਿਹਾ ਜੀ ਇੱਥੇ ਤੱਕ ਐਬਸੋਲਿਊਟ ਕਰ ਡੈਪਥ ਠੀਕ ਹੈ ਐਬਸੋਲਿਊਟ ਹੋਣਾ ਚਾਹੀਦਾ ਠੀਕ ਹੈ ਕਰਕੇ ਬਸ ਓਕੇ ਕਰ ਲਓ ਵੇਟ ਕਰਾਂਗੇ ਥੋੜ੍ਹਾ ਜਿਹਾ ਉਹਨੇ ਡਾਇਨਿੰਗ ਲਈ ਠੀਕ ਹੈ ਹੁਣ ਆਪਾਂ ਇਹਨੂੰ ਚੈੱਕ ਕਰ ਸਕਦੇ ਹਾਂ ਵੈਰੀਫਾਈ ਕਰ ਸਕਦੇ ਹਾਂ ਵੈਰੀਫਾਈ ਸਹੀ ਨਹੀਂ ਆਇਆ ਕਿਉਂਕਿ ਅਸੀਂ ਸਟੋਕ ਦਿੱਤਾ ਨਹੀਂ ਅਤੇ ਸਟੋਕ ਸੈਟਅਪ 'ਤੇ ਜਾ ਕੇ ਆਲ ਸੋਲਿਡ ਠੀਕ ਹੈ ਤਾਂ ਆਪਣੇ ਆਪ ਬਾਉਂਡਰੀ ਲੈ ਲਈਏ ਫਿਰ ਵੈਰੀਫਾਈ ਸਟੋਕ ਸਹੀ ਆਇਆ ਨਾ ਪਲੇ ਕਰ ਸਕਦੇ ਇਹ ਸਾਡਾ ਟੋਟਲ ਟਾਈਮ ਆ ਰਿਹਾ ਸਪੀਡ ਅਸੀਂ ਸਲੋ ਚਾਹੀਦੀ ਹੈ ਫਾਸਟ ਚਾਹੀਦੀ ਹੈ ਥੋੜ੍ਹਾ ਜਿਹਾ ਫਾਸਟ ਕਰ ਲਾਂਗਾ ਟਾਈਮ ਡਾਇਨਾਮਿਕ ਸਭ ਨੂੰ ਵਧੀਆ ਜੀ ਸਰ ਤੁਸੀਂ ਇਹਦੇ ਕੀ ਕਰਾਉਂਗੇ ਸਾਰਾ ਕੁਝ ਕਰਾਂਗੇ ਕਟਿੰਗ ਵੀ ਕਰਾਂਗੇ ਮਿਲਿੰਗ ਵੀ ਕਰਾਂਗੇ ਰਫਿੰਗ ਦੇ 2x ਪ੍ਰੋਗਰਾਮ 3x ਪ੍ਰੋਗਰਾਮ ਵਾਇਰ ਕੱਢਦਾ ਤਾਂ ਆਟੋਕੈਟ 'ਚ ਸਿੱਧਾ ਹੀ ਪ੍ਰੋਗਰਾਮ ਬਣਦਾ ਰਡਾਈ 'ਚ ਵੀ ਹੈਗੀ ਹੈ ਪਰ ਇੰਨੀ ਮਿਹਨਤ ਕਰਨ ਦੀ ਲੋੜ ਹੀ ਨਹੀਂ ਪੈਂਦੀ ਇਹ ਡਾਇਨਮਿਕ ਟੂਲ ਬਾ ਇਹ ਆਪਣੇ ਹਿਸਾਬ ਨਾਲ ਚਲਾਉਂਦਾ ਜੇ ਕੋਈ ਵੀ ਚੇਂਜ ਕਰਨੇ ਹੋਣ ਤਾਂ ਪੈਰਾਮੀਟਰ 'ਚ ਜਾਓ ਕਟਿੰਗ ਪੈਰਾਮੀਟਰ ਚੇਂਜ ਕਰ ਲਓ 2.5 ਦੀ ਜਗ੍ਹਾ 'ਤੇ 5 ਕਰ ਦਾਂਗੇ ਸਟੈਪ ਓਵਰ ਜਿਹੜਾ ਹੈ
ਜੇ ਸਟੈਪ ਓਵਰ ਘਟਾ ਦਾ ਉਹਦੇ ਅਕੋਰਡਿੰਗ ਹੀ ਚੱਲੇ। ਜਿੰਨੇ ਦਾ ਡੈਪਥ ਆਫ ਕੱਟ ਕਰ ਦਾਂਗੇ ਦੇਖ ਕੇ ਆਉਂਦੇ ਜਿਹੜਾ ਇੱਥੇ ਰਹਿ ਤਾਂ ਇੰਨਾ ਦਿੰਦੇ ਨਹੀਂ ਬਟ ਆਪਾਂ ਟਾਈਮ ਬਚਾਉਣ ਵਾਸਤੇ ਕਰ ਸਕਦੇ ਬਸ ਜੋ ਵੀ ਵੈਲਿਊ ਦੇਣੀ ਉਸ ਤੋਂ ਬਾਅਦ ਜਨਰੇਟ ਕਰਾਂਗੇ।